ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬੀ ਟੇਸ਼ਨ ਅਤੇ ਮੈਂ ਹਾਂ ਯੋਗੇਸ਼ ਗੁਰਨਾ। ਜਿੱਦਾਂ ਕਿ ਤੁਸੀਂ ਸਾਰੇ ਜਾਣਦੇ ਹੋ ਜੀ, 1 ਫਰਵਰੀ ਨੂੰ ਫਿਲਮ ਆ ਰਹੀ ਹੈ ਜੀ। ਫਿਲਮ ਦਾ ਨਾਂ ਹੈ ਊੜਾ ਆੜਾ, ਸਾਡੀ ਲੈਂਗੁਏਜ 'ਤੇ ਪੰਜਾਬੀ ਮਾਂ ਬੋਲੀ 'ਤੇ ਫਿਲਮ ਆ ਰਹੀ ਹੈ ਜੀ। ਸੋ ਆਪਣੇ ਆਪ ਦੇ ਵਿੱਚ ਇੱਕ ਨਿਵੇਕਲੀ ਫਿਲਮ ਹੈ ਜੀ। ਸੋ ਅੱਜ ਮੇਰੇ ਨਾਲ ਫਿਲਮ ਦੇ ਕਰਤਾ ਧਰਤਾ ਜਿਨ੍ਹਾਂ ਨੇ ਫਿਲਮ ਬਣਾਈ ਆ, ਕਸ਼ਿਤਿਜ ਚੌਧਰੀ ਸਰ ਅਤੇ ਫਿਲਮ ਦੇ ਰਾਈਟਰ ਨਰੇਸ਼ ਸਰ ਮੇਰੇ ਨਾਲ ਮੌਜੂਦ ਨੇ ਜੀ। ਆਓ ਇਹਨਾਂ ਨਾਲ ਗੱਲਾਂ ਕਰਦੇ ਹਾਂ ਕਿ ਕੀ ਇਹਨਾਂ ਦੀ ਸੋਚ ਸੀ ਇਸ ਫਿਲਮ ਨੂੰ ਬਣਾਉਣ ਪਿੱਛੇ, ਅਤੇ ਕੀ ਇਸ ਫਿਲਮ ਤੋਂ ਹੁਣ ਐਕਸਪੈਕਟੇਸ਼ਨ ਅਸੀਂ ਰੱਖ ਸਕਦੇ ਹਾਂ। ਸਤਿ ਸ਼੍ਰੀ ਅਕਾਲ ਭਾਅ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਪੰਜਾਬੀ ਟੇਸ਼ਨ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਅ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਭਾਅ ਜੀ, ਪਹਿਲਾ ਸਵਾਲ ਤੁਹਾਡੇ ਕੋਲੋਂ, ਜਦੋਂ ਤੁਹਾਡੇ ਕੋਲ ਇਹ ਕਹਿ ਲਓ ਕਿ ਮੁੱਦਾ ਆਇਆ ਕਿ ਲੈਂਗੁਏਜ 'ਤੇ ਫਿਲਮ ਬਣਾਉਣੀ ਆ, ਤਾਂ ਤੁਹਾਨੂੰ ਕਿਉਂ ਲੱਗਿਆ ਕਿ ਹਾਂ ਯਾਰ ਮੈਂ ਇਸ ਮੁੱਦੇ 'ਤੇ ਵਧੀਆ ਖੇਡ ਸਕਦਾ, ਮੈਂ ਇੱਕ ਅੱਛੀ ਫਿਲਮ ਇਸ ਮੁੱਦੇ 'ਤੇ ਬਣਾ ਸਕਦਾ? ਜਦੋਂ ਨਰੇਸ਼ ਜੀ ਨੇ ਮੈਨੂੰ ਪਹਿਲੀ ਵਾਰੀ ਸੁਣਾਈ, ਮੈਨੂੰ ਵੈਸੇ ਇੱਕ, ਕਿਉਂਕਿ ਅਸੀਂ ਪਹਿਲੇ ਵੀ ਫਿਲਮਾਂ ਇਕੱਠੇ ਕਰਦੇ ਰਹੇ ਹਾਂ, ਕੋਈ ਵੀ ਵਧੀਆ ਇਹਨਾਂ ਦਾ ਆਈਡੀਆ ਹੁੰਦਾ, ਮੈਂ ਵੈਸੇ ਐਕਸਾਈਟ ਹੋ ਜਾਂਦਾ ਕਿ ਨਰੇਸ਼ ਕਥੂਰੀਆ ਦਾ ਉਹ ਹੈਗਾ, ਅੱਧੀ ਐਕਸਾਈਟਮੈਂਟ ਹੋ ਜਾਂਦੀ। ਫਿਰ ਜਦੋਂ ਮਾਂ ਬੋਲੀ ਦੇ ਉੱਤੇ ਤਾਂ ਸਾਨੂੰ ਦੋਨਾਂ ਨੂੰ ਇਹ ਲੱਗਿਆ ਕਿ ਜਿਵੇਂ ਮੈਂ ਹੁਣੇ ਦੱਸ ਰਿਹਾ ਸੀਗਾ ਪਿਛਲੀ ਇੰਟਰਵਿਊ ਦੇ ਵਿੱਚ ਵੀ, ਇੱਕ ਸਾਡਾ ਐਜ਼ ਮੇਕਰ ਇੱਕ ਸਾਡੀ ਡਿਊਟੀ, ਇੱਕ ਸਾਡੀ ਰਿਸਪੋਂਸੀਬਿਲਟੀ ਬਣਦੀ ਸਮਾਜ ਦੇ ਪ੍ਰਤੀ, ਹੈ ਨਾ। ਐਂਟਰਟੇਨਮੈਂਟ ਦੇ ਨਾਲ ਨਾਲ ਜੇ ਅਸੀਂ ਕੋਈ ਮੈਸੇਜ ਦੇ ਸਕੀਏ ਤਾਂ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ। ਜਿਹੜਾ ਪੰਜਾਬੀ ਮਾਂ ਬੋਲੀ ਦਾ ਮੁੱਦਾ ਹੈ, ਕਾਫੀ 3-4 ਸਾਲ 'ਚ ਕਾਫੀ ਹੋਰ ਜ਼ਿਆਦਾ ਮਤਲਬ ਇਹ ਚਰਚਾ ਦਾ ਵਿਸ਼ਾ ਬਣਿਆ ਹੋਇਆ, ਤਾਂ ਸਾਨੂੰ ਲੱਗਿਆ ਕਿ ਇਹਦੇ ਉੱਤੇ ਫਿਲਮ ਬਣਨੀ ਚਾਹੀਦੀ। ਕਿਉਂਕਿ ਕਈ ਵਾਰੀ ਅਸੀਂ ਸੁਣਦੇ ਹਾਂ ਵੀ ਫਲਾਣੇ ਸਕੂਲ ਦੇ ਵਿੱਚ ਪੰਜਾਬੀ ਬੋਲਣ 'ਤੇ ਵੀ 500 ਰੁਪਇਆ ਫਾਈਨ ਹੈ, ਬਿਲਕੁਲ, ਤਾਂ ਇਹ ਬਹੁਤ ਵੱਡਾ ਦੁਖਾਂਤ ਹੈ। ਪਰ ਪੰਜਾਬੀ ਭਾਸ਼ਾ ਨੂੰ ਪੰਜਾਬ ਦੇ ਵਿੱਚ ਦੂਜਾ ਦਰਜਾ ਦਿੱਤਾ ਹੋਇਆ, ਲੋਕ ਇੰਗਲਿਸ਼ ਨੂੰ ਪ੍ਰੈਫਰ ਕਰਦੇ ਨੇ ਜਾਂ ਸ਼ਹਿਰਾਂ 'ਚ ਹਿੰਦੀ ਵਾਲੇ ਨੂੰ, ਹੈ ਨਾ, ਥੋੜ੍ਹਾ ਜਿਹਾ ਆਪਾਂ ਸਮਝਦੇ ਸ਼ਾਇਰੀ ਦੀ ਕਲਾਸ ਹੈ। ਇਸ ਕਰਕੇ ਸਾਨੂੰ ਲੱਗਿਆ ਕਿ ਨਹੀਂ ਵੀ ਆਪਾਂ ਨੂੰ ਨਾ ਇੱਕ ਕੋਸ਼ਿਸ਼ ਕਰਨੀ ਚਾਹੀਦੀ। ਉਦੋਂ ਤੋਂ ਫਿਰ ਸਾਡੇ ਮਾਇੰਡ ਸੀਗਾ, ਫਿਰ ਸਬਜੈਕਟ ਇਹਨਾਂ ਨੇ ਲਿਖਿਆ ਕਾਫੀ ਦੇਰ ਦਾ ਸੀਗਾ, ਹਿੰਦੀ ਮੀਡੀਅਮ ਇੱਕ ਫਿਲਮ ਆ ਰਹੀ ਸੀ, ਪਰ ਅਸੀਂ ਉਹਦੀ ਵੇਟ ਕੀਤੀ ਵੀ ਕਿਤੇ ਉਹਦੇ ਨਾਲ ਨਾ ਮਿਲਦਾ, ਬਟ ਉਹ ਬਿਲਕੁਲ ਡਿਫਰੈਂਟ ਫਿਲਮ ਸੀਗੀ। ਇਸ ਤਰ੍ਹਾਂ ਇਹ ਫਿਲਮ ਜਿਹੜੀ ਹੈ ਫਿਰ ਸਟਾਰਟ ਹੋਈ ਜੀ। ਅੱਛਾ ਨਰੇਸ਼ ਭਾਅ ਜੀ, ਬਹੁਤ ਵਧੀਆ ਗੱਲ ਹੈ ਕਿ ਇਸ ਟੋਪਿਕ 'ਤੇ ਫਿਲਮ ਬਣੀ, ਪਰ ਸਾਨੂੰ ਆਪਣੀ ਲੈਂਗੁਏਜ 'ਤੇ ਹੀ ਫਿਲਮ ਬਣਾਉਣੀ ਪੈ ਗਈ ਉਸ ਨੂੰ ਪ੍ਰਮੋਟ ਕਰਨ ਲਈ, ਲੋਕਾਂ ਨੂੰ ਮੈਸੇਜ ਦੇਣ ਦੇ ਲਈ। ਕੀ ਕਹਿਣਾ ਚਾਹੋਗੇ ਕਿ ਸਾਡੇ ਲਈ ਕਿੰਨੀ ਕੁ ਮਾੜੀ ਗੱਲ ਹੈ? ਦੇਖੋ, ਆਪਾਂ ਇਹਨੂੰ ਕੋਈ ਮਾੜੀ ਗੱਲ ਨਹੀਂ ਕਹਿ ਸਕਦੇ ਕਿ ਹੁੰਦੀਆਂ ਗਲਤੀਆਂ ਲੋਕਾਂ ਤੋਂ ਹੀ ਹੁੰਦੀਆਂ, ਹੈ ਨਾ, ਹੋ ਗਈਆਂ, ਠੀਕ ਹੈ। ਹੁਣ ਆਪਾਂ ਸੰਭਾਲਣਾ, ਉਹਨੂੰ ਸੰਭਾਲੀਏ ਟਾਈਮ ਰਹਿੰਦੇ ਜੀ। ਸਾਡੇ ਫਿਲਮ ਦਾ ਕਲਾਈਮੈਕਸ ਵੀ ਉਹੀ ਹੈ ਕਿ ਜੋ ਹੋ ਗਿਆ ਅਤੀਤ 'ਚ ਛੱਡੋ, ਚਲੋ ਆਪਾਂ ਸਿਰਫ ਗਲਤੀਆਂ ਨੂੰ ਆਪਾਂ ਆਪਦੀ ਲੈ ਕੇ ਹਟਾਉਣਾ ਲਈ ਜਾਈਏ ਕਿ ਨਹੀਂ ਯਾਰ ਅਸੀਂ ਤੂੰ ਇਹ ਕਿਤਾ, ਫਲਾਣਾ ਨਹੀਂ ਕੀਤਾ, ਆਪਾਂ ਅੱਗੇ ਕੀ ਨਹੀਂ ਕਰਨਾ ਉਹ ਇੰਪੋਰਟੈਂਟ ਹੈ ਜੀ, ਹੈ ਨਾ। ਇਹ ਮਾਂ ਬੋਲੀ ਜਿਹੜੇ ਬੱਚੇ ਭੁੱਲਦੇ ਜਾ ਰਹੇ ਨੇ ਜਾਂ ਜਿਨ੍ਹਾਂ ਨੂੰ ਆਉਂਦੇ ਹੀ ਨਹੀਂ, ਹੈ ਨਾ, ਉਹ ਗਲਤੀ ਉਹਨਾਂ ਦੀ ਤਾਂ ਹੈ ਨਹੀਂ, ਮਾਂ ਪਿਓ ਦੀ ਗਲਤੀ ਹੈ। ਬਿਲਕੁਲ। ਤਾਂ ਅੱਜ ਜੀ ਸਾਡੀ ਫਿਲਮ ਕੁਛ ਲੋਕਾਂ ਤੱਕ ਵੀ ਮੈਸੇਜ ਪਹੁੰਚਾ ਦੂਗੀ ਕਿ ਮਾਂ ਬੋਲੀ ਛੱਡ ਕੇ ਅੱਗੇ ਨਹੀਂ ਵਧਣਾ ਅਸੀਂ, ਤਾਂ ਸਾਡੀ ਇਹ ਇੱਕ ਅਚੀਵਮੈਂਟ ਹੈ। ਤਾਂ ਇਹ ਕੋਈ ਆਪਾਂ ਇਹਨੂੰ ਕੋਈ ਉਹ ਨਹੀਂ ਕਹਿੰਦੇ ਕਿ ਕੋਈ ਬੜੀ ਮਾੜੀ ਗੱਲ ਹੈ ਕਿ ਇਹਦੇ ਲਈ ਫਿਲਮ ਬਣਾਉਣੀ ਪੈ ਰਹੀ ਹੈ ਜੀ। ਅੱਛਾ ਨਰੇਸ਼ ਭਾਅ ਜੀ, ਤੁਸੀਂ ਫਿਲਮ ਨੂੰ ਲਿਖਿਆ ਹੈ, ਤੁਹਾਨੂੰ ਕਿਉਂ ਲੱਗਦਾ ਹੈ ਕਿ ਯਾਰ ਇਹ ਸਿਚੁਏਸ਼ਨ ਪੰਜਾਬੀਆਂ ਨੂੰ ਕਿਉਂ ਦੇਖਣੀ ਪੈ ਗਈ ਕਿ ਅਸੀਂ ਆਪਣੀ ਮਾਂ ਬੋਲੀ ਦੇ ਨਾਲ ਹੀ ਵਿਤਕਰਾ ਕਰ ਰਹੇ ਹਾਂ? ਕਿਤੇ ਵੈਸਟਰਨ ਵਰਲਡ ਸਾਡੇ 'ਤੇ ਭਾਰੀ ਹੋ ਗਿਆ ਕਿਉਂਕਿ ਅਸੀਂ ਪੰਜਾਬੀ ਹੋਈ ਹਾਂ ਜਿਹੜੇ ਸਭ ਤੋਂ ਛੇਤੀ ਬਾਹਰ ਜਾਣਾ ਪਸੰਦ ਕਰਦੇ ਹਾਂ? ਬਿਲਕੁਲ, ਗੱਲ ਸਹੀ ਹੈ ਕਿ ਅਸੀਂ ਉਹਦੇ ਪ੍ਰਭਾਵ 'ਚ ਹੈਗੇ ਹਾਂ ਵੈਸਟਰਨ ਵਰਲਡ ਦੇ, ਹੈ ਨਾ। ਜਿਹੜੇ ਲੋਕ ਬਾਹਰ ਜਾ ਚੁੱਕੇ ਨੇ ਜੀ, ਉਹ ਨਹੀਂ ਹੈਗਾ ਉਸ ਪ੍ਰਭਾਵ 'ਚ ਜੀ, ਉਹਨਾਂ ਨੂੰ ਪਤਾ ਯਾਰ ਨਹੀਂ ਯਾਰ ਗਾਡੀ ਕੋਈ ਗੱਲ ਨਹੀਂ, ਸਾਡੀ ਲੈਂਗੁਏਜ ਸਾਡੀ ਸੰਸਕ੍ਰਿਤੀ ਉਨੀ ਹੀ ਪ੍ਰਾਊਡ ਵਾਲੀ ਹੈ ਜਿੰਨੀ ਇਹਨਾਂ ਦੀ ਹੈ ਜੀ, ਹੈ ਨਾ। ਜਿੰਨਾ ਇਹਨਾਂ ਨੂੰ ਆਪਦੀ ਮਾਂ ਬੋਲੀ ਦੀ ਆਪਦੀ ਸੰਸਕ੍ਰਿਤੀ 'ਤੇ ਮਾਣ ਆ, ਸਾਨੂੰ ਵੀ ਹੋਣਾ ਚਾਹੀਦਾ, ਉਹਨਾਂ ਲੋਕਾਂ ਨੇ ਸਾਂਭ ਕੇ ਰੱਖੀ ਹੋਈ ਹੈ ਉਹਨਾਂ ਦੇ ਬੱਚਿਆਂ ਨੂੰ। ਮੈਂ ਅਸੀਂ ਬਾਹਰ ਚਾਹੀਦਾ ਕਿ ਬੱਚੇ ਨੂੰ, ਮੈਂ ਛੋਟਾ ਹੀ ਨਹੀਂ ਪੁੱਛਿਆ ਬੇਟਾ ਕਿਹੜੀ ਕਲਾਸ 'ਚ ਪੜ੍ਹਦਾ, ਉਹਦਾ ਜਵਾਬ ਸੀ ਚੌਥੀ ਜੀ, ਇੱਥੇ ਤਾਂ ਕੋਈ ਬੱਚਾ ਬੋਲੂਗਾ ਹੀ ਨਹੀਂ। ਐਗਜੈਕਟਲੀ। ਔਰ ਉਹ ਨਾਮ ਜਿਹੜੇ ਉਹ ਪੁਰਾਣੇ ਨਾਮ ਜਦੋਂ ਰੱਖਦੇ ਨੇ ਬੱਚਿਆਂ ਦੇ, ਬਹੁਤ ਖੁਸ਼ੀ ਹੁੰਦੀ। ਸਾਡੇ ਕਿੱਥੇ ਵੈਂਕੂਵਰ 'ਚ ਫਰੈਂਡ ਸੀਗੇ, ਉਹਨਾਂ ਨੇ ਇੱਕ ਮੁੰਡੇ ਦਾ ਨਾਮ ਅਰਜਨ ਸਿੰਘ ਰੱਖਿਆ ਸੀਗਾ, ਇੱਕ ਦਾ ਨਾਮ ਸੁਰਜਨ ਰੱਖਿਆ ਸੀਗਾ। ਪੰਜਾਬ 'ਚ ਨਾਮ ਬਿਲਕੁਲ ਹੀ ਅਲੋਪ ਹੁੰਦੇ ਜਾ ਰਹੇ ਨੇ, ਬੱਚਿਆਂ ਦਾ ਕੋਈ ਨਾਮ ਇੱਦਾਂ ਦਾ ਨਹੀਂ ਰੱਖਦਾ ਜੀ। ਸੁਰਜਨ ਮੈਨੂੰ ਬਹੁਤ ਵਧੀਆ ਨਾਮ ਲੱਗਿਆ। ਕੀ ਬਾਤ ਹੈ ਜੀ। ਅੱਛਾ ਸ਼ਿਤਿਜ ਪਾਦਰੀ, ਜਦੋਂ ਇਹ ਜੀ ਸਾਡੇ ਕੋਲ ਫਿਲਮ ਆਉਂਦੀ ਆ, ਨੋ ਡਾਊਟ ਮੈਸੇਜ ਵਾਲੀ ਫਿਲਮ ਆ, ਪਰ ਇਹਦੇ ਵਿੱਚ ਫਿਰ ਤੁਹਾਡੇ ਇੱਕ ਡਾਇਰੈਕਟਰ ਲਈ ਕੀ ਚੈਲੰਜ ਆਉਂਦਾ ਕਿ ਅਸੀਂ ਮੈਸੇਜ ਵੀ ਰੱਖਣਾ ਅਤੇ ਨਾਲ ਨਾਲ ਐਂਟਰਟੇਨਮੈਂਟ ਵੀ ਬਰਕਰਾਰ ਰਹੇ? ਬਿਲਕੁਲ, ਜਿਵੇਂ ਇਹਨਾਂ ਨੇ ਹੁਣ ਗੱਲ ਕੀਤੀ ਕਿ ਕਿਤੇ ਨਾ ਕਿਤੇ ਪੰਜਾਬੀ ਨੂੰ ਅਸੀਂ ਭੁੱਲਦੇ ਤਾਂ ਜਾ ਰਹੇ ਹਾਂ ਜੀ, ਤਾਂ ਹੁੰਦਾ ਨਾ ਜਿਵੇਂ ਇੱਕ ਛੋਟਾ ਬੱਚਾ ਉਹਨੂੰ ਦਵਾਈ ਦੇਣੀ ਹੋਵੇ ਮੰਨਦਾ ਨਹੀਂ, ਫਿਰ ਉਹਨੂੰ ਚੌਕਲੇਟ ਦੇ ਵਿੱਚ ਕੁਛ ਪਾ ਕੇ ਆਪਾਂ ਦੇ ਦੇਈਦਾ। ਬਿਲਕੁਲ, ਫਿਲਮ ਫੁੱਲ ਆਫ ਐਂਟਰਟੇਨਮੈਂਟ ਹੈ ਜੀ, ਬਟ ਜਿੱਦਾਂ ਇਹ ਰਾਜੂ ਹਿਰਾਨੀ ਜੀ ਦਾ ਸਿਨੇਮਾ ਹੈਗਾ, ਇੱਕੋ ਮੈਸੇਜ ਬਹੁਤ ਵਧੀਆ ਦਿੰਦੇ ਨੇ। ਬਿਲਕੁਲ, ਉੱਦਾਂ ਹੀ ਇਹ ਫਿਲਮ ਦੇ ਵਿੱਚ ਵੀ ਅਸੀਂ ਪੰਜਾਬੀ ਮਾਂ ਬੋਲੀ ਸਾਡੇ ਵਾਸਤੇ ਇੰਪੋਰਟੈਂਟ ਕਿਉਂ ਹੈ, ਸਾਨੂੰ ਕਿਉਂ ਸਿੱਖਣੀ ਚਾਹੀਦੀ ਆ,
ਜਿਵੇਂ ਹੁਣ ਬਾਹਰ ਜਾ ਕੇ ਲੋਕ ਮਾਣ ਮਹਿਸੂਸ ਕਰਦੇ ਨੇ ਪੰਜਾਬ ਆਪਣਾ ਪੰਜਾਬੀ ਦੇ ਉੱਤੇ, ਪੰਜਾਬੀ ਮਾਂ ਬੋਲੀ ਦੇ ਉੱਤੇ ਉਹਨਾਂ ਨੇ ਉੱਥੇ ਸਕੂਲ ਖੋਲ੍ਹੇ ਹੋਏ ਨੇ, ਔਰ ਸਾਡੇ ਇੱਥੇ ਜਿਹੜਾ ਇੱਕ ਹੋਰ ਹੀ ਕਲਚਰ ਚੱਲ ਪਿਆ ਕਿ ਆਪਾਂ ਇੰਗਲਿਸ਼ ਮੀਡੀਅਮ 'ਚ ਹੀ ਪਾਉਣਾ ਬੱਚਿਆਂ ਨੂੰ, ਹੈ ਨਾ। ਕਈ ਵਾਰੀ ਅਸੀਂ ਕਹਿੰਦੇ ਹਾਂ ਦੇਖੋ ਜੀ ਕਿੱਡਾ ਵੱਡਾ ਦੁਖਾਂਤ ਹੈ ਵੀ ਯੂਪੀ ਬਿਹਾਰ ਤੋਂ ਜਿਹੜੇ ਆਉਂਦੇ ਨੇ ਉਹਨਾਂ ਦੇ ਜਵਾਕ ਇੱਥੇ ਪੰਜਾਬੀ ਸਿੱਖਦੇ ਪਏ ਨੇ ਔਰ ਸਾਡੇ ਜਵਾਕ ਜਿਹੜੇ ਨੇ ਇੰਗਲਿਸ਼ ਉਹਦੇ 'ਚ ਨੇ, ਉਹ ਉਹਨਾਂ ਦਾ ਇੱਕ ਮਜਬੂਰੀ ਹੈ ਉਹਨਾਂ ਦੀ ਵੀ, ਬਿਲਕੁਲ, ਹੈ ਨਾ ਜੀ। ਸਾਡੀ ਕੋਈ ਇੱਦਾਂ ਦੀ ਮਜਬੂਰੀ ਨਹੀਂ ਹੈਗੀ, ਅਸੀਂ ਗੱਲਾਂ ਤਾਂ ਕਹਿ ਦਿੰਦੇ ਹਾਂ ਪੰਜਾਬੀ ਮਾਂ ਬੋਲੀ ਨਾਲ ਪਿਆਰ ਕਰੋ, ਪਰ ਸਾਨੂੰ ਕੋਈ ਫੋਰਸਫੁਲੀ ਥੋੜ੍ਹੀ ਕੋਈ ਸਾਨੂੰ ਕੋਈ ਧੱਕਾ ਥੋੜ੍ਹੀ ਦਿੰਦਾ, ਮਜਬੂਰ ਥੋੜ੍ਹੀ ਕਰਦਾ ਕਿ ਆਪਣੇ ਜਵਾਕਾਂ ਨੂੰ ਉੱਥੇ ਪਾਓ, ਅਸੀਂ ਪਾਉਂਦੇ ਹਾਂ। ਇਹਦਾ ਮਤਲਬ ਹੈ ਕਿਤੇ ਨਾ ਕਿਤੇ ਅਸੀਂ ਦਿਲੋਂ ਪਿਆਰ ਨਹੀਂ ਕਰ ਰਹੇ, ਐਵੇਂ ਆਪਾਂ ਸਰਕਾਰਾਂ 'ਤੇ ਬਲੇਮ ਪਾ ਦਈਏ, ਹੈ ਨਾ, ਉਹਨਾਂ ਨੂੰ ਵੇਖੀ ਸਰਕਾਰਾਂ ਇਹ ਨਹੀਂ ਕਰਦੀਆਂ ਉਹ ਨਹੀਂ ਕਰਦੀਆਂ, ਆਪ ਅਸੀਂ ਕਿੰਨਾ ਕਰ ਰਹੇ ਹਾਂ ਉਹਦੇ ਵਾਸਤੇ, ਉਹ ਸੋਚਣਾ ਜ਼ਰੂਰੀ ਹੈ। ਜੇ ਆਪਾਂ ਬਲੇਮ ਕਰਾਂਗੇ ਫਿਰ ਤਾਂ ਜਿਵੇਂ ਹੋ ਹੀ ਰਿਹਾ ਉੱਦਾਂ ਹੁੰਦਾ ਹੀ ਰਹਿਣਾ। ਸਰਕਾਰਾਂ ਨੇ ਤੁਹਾਨੂੰ ਸ਼ਰਾਬ ਦੀ ਬੋਤਲ 'ਤੇ ਲਿਖਿਆ ਹੀ ਹੁੰਦਾ ਵੀ ਸਿਹਤ ਦੇ ਲਈ ਹਾਨੀਕਾਰਕ ਹੈ, ਕਹਿੰਦੇ ਹੀ ਉਹ ਸਾਡੇ 'ਤੇ ਹੈ, ਬਿਲਕੁਲ। ਅੱਛਾ ਨਰੇਸ਼ ਭਾਅ ਜੀ, ਫਿਲਮ ਦੇ ਵਿੱਚ ਵੀ ਤੁਸੀਂ ਸਾਨੂੰ ਕਿਸੇ ਕਰੈਕਟਰ 'ਚ ਦਿਖਾਈ ਦੇਵੋਗੇ? ਜੀ ਨਹੀਂ, ਇਹ ਫਿਲਮ 'ਚ ਕੁਛ ਵੀ ਇਹੋ ਜਿਹਾ ਸੀਨ ਜਿਹੜਾ ਮੈਨੂੰ ਸੂਟ ਕਰੇ ਜੀ, ਤਾਂ ਬਸ ਇਹ ਫਿਲਮ 'ਚ ਐਕਟਿੰਗ ਨਹੀਂ। ਫਿਲਮ ਫੁੱਲ ਆਫ ਐਂਟਰਟੇਨਮੈਂਟ ਆ, ਅਤੇ ਤੁਸੀਂ ਪਹਿਲਾਂ ਕਾਫੀ ਇਹੋ ਜਿਹੇ ਕੈਰੈਕਟਰ ਕੀਤੇ ਨੇ ਜਿਨ੍ਹਾਂ ਨੇ ਸਭ ਨੂੰ ਹਸਾਇਆ, ਅਤੇ ਫਿਰ ਤੁਸੀਂ ਕਿਉਂ ਨਹੀਂ ਕੋਈ ਚੂਜ਼ ਕੀਤਾ? ਐਤਕੀ ਅਸੀਂ ਦੋਨੋਂ ਬਹੁਤ ਸਟ੍ਰਿਕ ਸੀਗੇ ਕਿ ਕੁਛ ਵੀ ਫਿਲਮ ਦੇ ਵਿੱਚ ਜਾਂ ਕੋਈ ਵੀ ਕਰੈਕਟਰ ਹੋਇਆ ਨਾ ਬਣਾਈਏ ਜਿਹੜਾ ਜਸਟੀਫਾਈ ਨਾ ਕਰੇ ਫਿਲਮ ਨੂੰ। ਹਰ ਕਰੈਕਟਰ ਜਸਟੀਫਾਈ ਕਰਦਾ, ਹਰ ਮੁੱਦਾ ਹਰ ਸੀਨ ਸਾਡਾ ਫਿਲਮ ਦਾ, ਕਿਤੇ ਵੀ ਅਸੀਂ ਸਿਰਫ ਨਾ ਤਾਂ ਉਪਦੇਸ਼ ਦੇਣ ਲਈ ਕੁਛ ਕੀਤਾ ਫਿਲਮ 'ਚ, ਨਾ ਹਸਾਉਣ ਲਈ ਕੀਤਾ, ਹਰ ਚੀਜ਼ ਜਸਟੀਫਾਈ ਆ ਵੀ ਉਪਦੇਸ਼ ਦੇਣਾ ਤਾਂ ਇੰਨੀ ਉਹ 'ਚ ਰਹਿ ਗਏ ਕਿ ਲੋਕਾਂ ਨੂੰ ਫਿਲਮ ਪ੍ਰੇਸ਼ੀ ਵੀ ਨਾ ਲੱਗੇ, ਹੈ ਨਾ, ਕਿਉਂਕਿ ਕਿ ਲੋਕ ਕਹਿੰਦੇ ਯਾਰ ਸਾਨੂੰ ਅਸੀਂ ਪੈਸਾ ਲਾ ਕੇ ਵੇਖਣ ਥੋੜ੍ਹੀ ਆਏ। ਅਸੀਂ ਇੱਕ ਜਿਹੜੀ ਗੱਲ ਇਹਨਾਂ ਨੇ ਕਹੀ ਸੀ ਕਿ ਜਿਹੜਾ ਬੱਚਾ ਦਵਾਈ ਨਹੀਂ ਲੈਂਦਾ ਤਾਂ ਉਹਨੂੰ ਕਿਵੇਂ ਫਸਲਾ ਕੇ ਦਵਾਈ ਬਣਾਉਣੀ ਆ, ਬਸ ਉਹ ਹੀ ਦਵਾਈ ਹੈ, ਉਹਨੂੰ ਤੁਹਾਨੂੰ ਕਿਵੇਂ ਖੁਸ਼ ਕਰਕੇ ਦਵਾਈ ਪਿਲਾ ਦੇਣੀ, ਆਪਾਂ ਹੱਸਦੇ ਹਸਾਉਂਦੇ ਬਾਹਰ ਆਉਂਗੇ ਨਾਲ ਕੁਛ ਲੈ ਕੇ ਆਉਂਗੇ ਸਿਨੇਮੇ ਦੇ ਬਾਹਰ, ਹੈ ਨਾ। ਅਸੀਂ ਸਭ ਤੋਂ ਵੱਡੀ ਇੱਕ ਮੇਨ ਚੀਜ਼ ਕਿ ਅਸੀਂ ਵੀ ਜਦੋਂ ਬੱਚੇ ਸੀ ਜਾਂ ਵੱਡੇ ਹੋ ਗਏ, ਜਦੋਂ ਹੁਣ ਕਾਲਜਸ ਦੇ ਵਿੱਚ ਗਏ ਜਾਂ ਆਪਦੀ ਪ੍ਰੋਫੈਸ਼ਨਲ ਲਾਈਫ 'ਚ ਗਏ, ਸਾਨੂੰ ਪਤਾ ਹੀ ਨਹੀਂ ਸੀਗਾ ਸਾਡੇ ਮਾਂ ਪਿਓ ਨੇ ਸਾਨੂੰ ਪਾਲਣ ਪੋਸ਼ਣ ਕਰਨ ਲਈ ਕਿੰਨਾ ਕੁਛ ਕੀਤਾ। ਇਹ ਫਿਲਮ ਇੱਕ ਤੁਹਾਨੂੰ ਇੱਕ ਬੱਚਿਆਂ ਨੂੰ ਘੱਟੋ ਘੱਟ ਅਹਿਸਾਸ ਦਵਾਏਗੀ ਕਿ ਉਹਨਾਂ ਦੇ ਮਾਂ ਪਿਓ ਉਹਨਾਂ ਲਈ ਕੀ ਕਰਦੇ ਨੇ। ਜੀ ਬਿਲਕੁਲ। ਅੱਛਾ ਸ਼ਿਤਜ ਭਾਅ ਜੀ, ਤੁਸੀਂ ਬਹੁਤ ਫਿਲਮਾਂ ਪੰਜਾਬੀ ਹੁਣ ਬਣਾਈਆਂ ਨੇ, ਬੈਕ ਟੂ ਬੈਕ ਹਿੱਟ ਦਿੱਤੀਆਂ ਨੇ, ਕੋਈ ਇਹੋ ਜਿਹਾ ਡ੍ਰੀਮ ਪ੍ਰੋਜੈਕਟ ਜਿਹੜਾ ਤੁਸੀਂ ਸੋਚਿਆ ਹੋਵੇ ਕਿ ਯਾਰ ਮੈਂ ਨਾ ਕੋਈ ਇੱਦਾਂ ਦੀ ਫਿਲਮ ਬਣਾਉਣੀ ਆ, ਅਗਰ ਮੈਨੂੰ ਅੱਛਾ ਪ੍ਰੋਡਿਊਸਰ ਮਿਲੇ, ਬਜਟ ਮਿਲੇ, ਇਸ ਐਕਟਰਸ ਦੇ ਨਾਲ ਮੈਂ ਕੁਛ ਅੱਛਾ ਇਸ ਤਰ੍ਹਾਂ ਦਾ ਮੇਰਾ ਡ੍ਰੀਮ ਪ੍ਰੋਜੈਕਟ ਮੈਂ ਬਣਾਉਣਾ ਚਾਹੁੰਦਾ, ਕੀ ਆ ਥੋੜ੍ਹਾ ਆਈਡੀਆ ਅਗਰ ਤੁਸੀਂ ਦੇਣਾ ਚਾਹੋ? ਮੈਂ ਹਰੀ ਸਿੰਘ ਨਲਵਾ ਜੀ 'ਤੇ ਫਿਲਮ ਬਣਾਉਣਾ ਪਸੰਦ ਕਰੂੰਗਾ। ਕੀ ਬਾਤ ਹੈ, ਉਹ ਮੇਰਾ ਡ੍ਰੀਮ ਪ੍ਰੋਜੈਕਟ ਹੈਗਾ ਜੀ। ਅਤੇ ਉਹਦੇ ਲਈ ਤੁਸੀਂ ਕੋਈ ਕੰਮ ਸ਼ੁਰੂ ਕੀਤਾ ਫਿਲਹਾਲ? ਮੈਨੂੰ ਲੱਗਦਾ ਹਾਲੇ ਸਾਡਾ ਕੋਈ ਪ੍ਰੋਡਿਊਸਰ ਰੈਡੀ ਨਹੀਂ ਹੋਊਗਾ, ਕਿਉਂਕਿ ਬਹੁਤ ਵੱਡਾ ਬਜਟ ਚਾਹੀਦਾ ਉਹਦੇ ਵਾਸਤੇ, ਨਾ ਹੀ ਹਜੇ ਪੰਜਾਬੀ ਸਿਨੇਮਾ ਉਸ ਲੈਵਲ 'ਤੇ ਪਹੁੰਚਿਆ ਜੀ, ਹਾਲੇ ਥੋੜ੍ਹਾ ਜਿਹਾ ਵੇਟ ਕਰਨਾ ਪਊਗਾ। ਬਾਲੀਵੁੱਡ ਦੀ ਹੈਲਪ ਲਈ ਜਾ ਸਕਦੇ, ਬਣਾਵਾਂਗੇ ਪੰਜਾਬੀ ਦੇ ਵਿੱਚ ਹੀ, ਸਿਰਫ ਔਰ ਸਿਰਫ ਪੰਜਾਬੀ ਦੇ ਵਿੱਚ ਹੀ ਬਣਾਵਾਂਗੇ। ਅਤੇ ਕੀ ਲੱਗਦਾ ਤੁਹਾਨੂੰ ਕਿ ਆਉਣ ਵਾਲੇ ਜੀ, ਜੇ ਮਿਲਖਾ ਸਿੰਘ ਜਿਵੇਂ ਇੱਕ ਫਿਲਮ ਬਣੀ ਜੇ ਪੰਜਾਬੀ 'ਚ ਹੁੰਦੀ ਤਾਂ ਹੋਰ ਵੀ ਬਹੁਤ ਵੱਡੀ ਗੱਲ ਸੀ, ਹਾਲਾਂਕਿ ਬਹੁਤ ਮਾਣ ਵਾਲੀ ਗੱਲ ਹੈ, ਬਹੁਤ ਹੀ ਵਧੀਆ ਫਿਲਮ ਬਣੀ ਹੈ ਉਹ ਜੀ, ਹੈ ਨਾ, ਪੰਜਾਬੀ ਕਰੈਕਟਰ ਸੀ, ਪਰ ਜੇ ਕਿਤੇ ਉਹ ਬਾਕੀ ਪੰਜਾਬੀ ਬੋਲਣ ਨਾਲ ਆਪਾਂ ਸਾਰਾ ਦਿਖਾਉਂਦੇ ਤਾਂ ਸ਼ਾਇਦ ਸਾਨੂੰ ਜ਼ਿਆਦਾ ਵਧੀਆ ਲੱਗਦੀ, ਹੋਰ ਵੀ ਜ਼ਿਆਦਾ ਵਧੀਆ ਲੱਗਦੀ ਜੀ। ਕੀ ਲੱਗਦਾ ਤੁਹਾਨੂੰ ਕਿੰਨੇ ਕੁ ਸਾਲਾਂ ਤੱਕ ਇਹ ਪੋਸੀਬਲ ਹੋ ਸਕਦਾ, ਕੋਈ ਆਸ ਉਮੀਦ ਤੁਸੀਂ ਲਾ ਰੱਖੀ ਹੈ? ਹੁਣ ਤਾਂ ਪੰਜਾਬੀ ਸਿਨੇਮਾ ਬਹੁਤ ਜ਼ਿਆਦਾ ਅੱਗੇ ਵੱਧ ਰਿਹਾ ਜੀ, ਜੇ ਓਨੈਸਟਲੀ ਕਹਾਂ ਤਾਂ ਊੜਾ ਐੜਾ ਸ਼ਾਇਦ ਆਪਾਂ 2 ਸਾਲ ਪਹਿਲੇ ਨਾ ਬਣਾ ਸਕਦੇ ਜਾਂ 3 ਸਾਲ ਪਹਿਲੇ ਨਾ ਬਣਾ ਸਕਦੇ, ਹੈ ਨਾ। ਐਸਟ੍ਰੋਲੋਜੀ ਉੱਤੇ ਫਿਲਮ ਬਣਾਈ ਅਸੀਂ ਜੀ, ਉਹ ਸ਼ਾਇਦ ਨਾ ਬਣਾ ਸਕਦੇ ਜੀ, ਪਰ ਹੁਣ ਜਿਵੇਂ ਅੱਗੇ ਅੱਗੇ ਵੱਧ ਰਿਹਾ ਸਿਨੇਮਾ ਤਾਂ ਮੈਨੂੰ ਲੱਗਦਾ ਆਪਾਂ ਜਲਦੀ ਹੀ, ਮਤਲਬ ਮੈਨੂੰ 5-6 ਸਾਲ ਤੱਕ ਇਹ ਦਿਖ ਰਿਹਾ ਜਿਸ ਹਿਸਾਬ ਨਾਲ ਹੁਣ ਫਿਲਮਾਂ ਦਾ ਜਿਹੜਾ ਪੰਜਾਬੀ ਸਿਨੇਮਾ ਦਾ ਦੌਰ ਜਿਹੜਾ ਅੱਗੇ ਤੱਕ ਹੁਣ ਹਰ ਸਟੇਟ ਵਿੱਚ ਲੱਗਣ ਲੱਗ ਪਈ, ਪੁਣੇ ਵੀ ਲੱਗਦੀ ਹੈ, ਸਾਊਥ ਵਿੱਚ ਹੈਦਰਾਬਾਦ ਫਿਲਮ ਲੱਗਦੀ ਹੈ, ਔਰ ਬਾਹਰ ਦੀਆਂ ਕਿੰਨੀਆਂ ਕੰਟਰੀਜ਼ ਖੁੱਲ੍ਹ ਰਹੀਆਂ ਨੇ ਹੁਣ, ਪ੍ਰੋਡਿਊਸਰਸ ਨੂੰ ਵੀ ਜਿਹੜੀ ਉਹ ਇਨਕਮ ਹੋ ਰਹੀ ਹੈ ਫਿਲਮਾਂ ਤੋਂ, ਬਿਲਕੁਲ, ਔਰ ਡਿਜੀਟਲ ਤੋਂ ਪੈਸਾ ਕਮਾਇਆ ਜਾ ਰਿਹਾ ਜਿਵੇਂ ਨੈੱਟਫਲਿਕਸ ਜਾਂ ਹੋਰ ਇੱਦਾਂ ਦੀਆਂ ਚੀਜ਼ਾਂ ਰਹੀਆਂ, ਤਾਂ ਇਹ ਚੀਜ਼ਾਂ ਪੋਸੀਬਲ ਲੱਗ ਰਹੀਆਂ ਨੇ ਕਿ ਸਿਨੇਮਾ ਹੋਰ ਵੱਡਾ ਹੋ ਰਿਹਾ, ਤਾਂ ਆਪਾਂ ਜਲਦੀ ਹੀ ਉਹ ਚੀਜ਼ਾਂ ਜਿਹੜੇ ਸਾਡਾ ਬਹੁਤ ਵੱਡਾ ਇਤਿਹਾਸ ਹੈ ਜੇ ਦੇਖਿਆ ਜਾਵੇ ਤਾਂ, ਬਟ ਉਹੀ ਬਜਟ ਦੇ ਕਰਕੇ ਜਾਂ ਸਾਡੀ ਸ਼ਾਇਦ ਆਡੀਅੰਸ ਹਾਲੇ ਤੱਕ ਉੱਥੋਂ ਮਤਲਬ ਸ਼ਾਇਦ ਅਸੈਪਟ ਕਰਨ ਨੂੰ ਜੀ, ਹੈ ਨਾ, ਨਹੀਂ ਸੀ ਤਿਆਰ, ਬਟ ਹੁਣ ਜੋ ਲੱਗ ਰਿਹਾ ਕਿ ਪੋਸੀਬਲ ਹੋਏਗਾ ਜੀ। ਅੱਛਾ ਨਰੇਸ਼ ਭਾਅ ਜੀ, ਆਖਰੀ ਸਵਾਲ ਕਿ ਕੀ ਲੱਗਦਾ ਤੁਹਾਨੂੰ ਕਿ ਕਿੱਡਾ ਕੁ ਵੱਡਾ ਚੇਂਜ ਜਾਂ ਕਿੱਡੀ ਕੁ ਵੱਡੀ ਸੱਟ ਮਾਰ ਸਕਦੀ ਹੈ ਉਸ ਸੋਚ 'ਤੇ ਇਹ ਫਿਲਮ ਜਿਹੜੀ ਕਿ ਅਜੇ ਵੀ ਆਪਣੀ ਮਾਂ ਬੋਲੀ ਨਾਲ ਵਿਤਕਰਾ ਕਰਦੇ ਨੇ, ਖਾਸ ਤੌਰ 'ਤੇ ਮੈਂ ਗੱਲ ਕਰ ਰਿਹਾ ਸਕੂਲ ਦੀ ਅਤੇ ਉਹਨਾਂ ਪੇਰੈਂਟਸ ਦੀ ਜੋ ਬੱਚਿਆਂ ਨੂੰ ਪੰਜਾਬੀ ਤੋਂ ਦੂਰ ਰੱਖਦੇ ਨੇ? ਇੱਕ ਵਾਰੀ ਸਿਰ ਜ਼ਰੂਰ ਝੁਕੂਗਾ, ਇੱਕ ਲਾਈਨ 'ਚ ਮੈਂ ਕਹਿੰਦਾ ਜੀ, ਜਿਹੜੇ ਤੁਸੀਂ ਜਿਹੜੇ ਵਰਡ ਯੂਜ਼ ਕੀਤਾ ਨਾ ਕਿ ਜਿਹੜੇ ਵਿਤਕਰਾ ਕਰਦੇ ਨੇ, ਇਹ ਫਿਲਮ ਦੇਖ ਕੇ ਉਹਨਾਂ ਦਾ ਇੱਕ ਵਾਰੀ ਸਰੀਰ ਸਿਰ
ਫਿਲਮ ਆਉਣ ਤੋਂ ਪਹਿਲਾਂ ਜੀ ਇਸ ਸਬਜੈਕਟ 'ਤੇ ਬਣਾਈ ਫਿਲਮ ਦੀ ਉਪਲਬਧੀ ਸਾਡੇ ਸਾਹਮਣੇ ਆਉਣ ਲੱਗ ਗਈ ਤਾਂ ਫਿਲਮ ਆਉਣ ਤੋਂ ਬਾਅਦ ਤਾਂ ਆਉਣੀ ਹੀ ਆਉਣੀ ਹੈ। ਅਸੀਂ ਬਹੁਤ ਕੌਨਫੀਡੈਂਟ ਹੈ ਇਸ ਚੀਜ਼ ਨੂੰ ਲੈ ਕੇ ਕਿ ਕਿਤੇ ਨਾ ਕਿਤੇ ਜਿਹੜੀ ਵਿਤਕਰਾ ਕੀਤਾ ਜਾਂਦਾ ਪੰਜਾਬੀ ਦਾ ਉਹ ਖਤਮ ਹੋਏਗਾ, ਸੱਟ ਵੱਜੇਗੀ। ਇਸ ਤੋਂ ਬਾਅਦ ਤੁਹਾਡੇ ਕਿਹੜੇ ਪ੍ਰੋਜੈਕਟ, ਸਾਨੂੰ ਆਖਰੀ ਸਵਾਲ, ਤੁਸੀਂ ਕਿਹੜੇ ਪ੍ਰੋਜੈਕਟ ਲੈ ਕੇ ਆ ਰਹੇ ਹੋ, ਕਿਹੜਾ ਵੱਡਾ ਪ੍ਰੋਜੈਕਟ ਤੁਹਾਡਾ ਊੜਾ ਆੜਾ ਤੋਂ ਬਾਅਦ ਆ ਰਿਹਾ? ਹਲੇ ਤੱਕ ਤਾਂ ਨਾ ਜੀ, ਊੜਾ ਆੜਾ ਨੇ ਮਤਲਬ ਇੱਕ ਸਾਲ ਤੋਂ 24 ਘੰਟੇ ਸਾਡੇ ਮਾਇੰਡ 'ਚ ਦਿਮਾਗ ਦੇ ਵਿੱਚ ਊੜਾ ਆੜਾ ਹੀ ਸੀਗੇ। ਅਸੀਂ ਬਿਲਕੁਲ ਕੋਈ ਡਿਸਕਸ ਨਹੀਂ ਕੀਤਾ, ਕਿਤੋਂ ਵੀ ਪੈਸੇ ਨਹੀਂ ਹਲੇ ਤੱਕ ਫੜੇ ਵੀ ਅਗਲਾ ਪ੍ਰੋਜੈਕਟ ਕਰਨਾ, ਸਾਰਾ ਟਾਈਮ ਇਹਦੇ 'ਤੇ ਹੀ ਲਾਇਆ ਊੜਾ ਆੜਾ 'ਤੇ। ਅਤੇ ਹੁਣ ਫਰਵਰੀ 'ਚ ਆਪਾਂ ਜੀ ਸੋਚਾਂਗੇ ਕਿਹੜਾ ਕਰਨਾ। ਬਿਲਕੁਲ ਜੀ। ਸੋ ਦੋਸਤੋ, ਇਹ ਸੀ ਮੇਰੇ ਨਾਲ ਕਸ਼ਿਤਿਜ ਚੌਧਰੀ ਅਤੇ ਨਾਲ ਨਰੇਸ਼ ਭਾਅ ਜੀ। ਨਰੇਸ਼ ਭਾਅ ਜੀ ਨੇ ਫਿਲਮ ਨੂੰ ਲਿਖਿਆ, ਤੁਸੀਂ ਸਾਰੇ ਜਾਣਦੇ ਹੋ, ਅਤੇ ਕਸ਼ਿਤਿਜ ਭਾਅ ਜੀ ਨੇ ਫਿਲਮ ਨੂੰ ਬਣਾਈ ਹੈ, ਇਹ ਕੈਪਟਨ ਆਫ ਦ ਸ਼ਿਪ ਨੇ। ਸੋ ਹੁਣ 1 ਫਰਵਰੀ ਨੂੰ ਇਹਨਾਂ ਦੀ ਮਿਹਨਤ ਦੋਨਾਂ ਇਨਸਾਨਾਂ ਦੀ ਤੁਹਾਡੇ ਸਾਹਮਣੇ ਆ ਜਾਣੀ ਹੈ ਜੀ। ਵੈਸੇ ਇਹ ਫਿਲਮ ਹਰ ਇੱਕ ਪੰਜਾਬੀ ਨੂੰ ਦੇਖਣੀ ਬਣਦੀ ਹੈ, ਜੋ ਵੀ ਬੰਦਾ ਪੰਜਾਬੀ ਹੈ ਉਸਨੂੰ ਇਹ ਫਿਲਮ ਦੇਖਣੀ ਬਣਦੀ ਹੈ, ਭਾਵੇਂ ਉਹ ਬੱਚਾ, ਭਾਵੇਂ ਬੁੱਢਾ, ਭਾਵੇਂ ਜਵਾਨ ਹੈ, ਕਿਉਂਕਿ ਹਰ ਇੱਕ ਦੇ ਲਈ ਮੈਸੇਜ ਆ, ਕਿਉਂਕਿ ਕਿਤੇ ਨਾ ਕਿਤੇ ਭਾਵੇਂ ਅਸੀਂ ਮੰਨੀਏ ਚਾਹੇ ਨਾ ਮੰਨੀਏ, ਪਰ ਅਸੀਂ ਆਪਣੀ ਮਾਂ ਬੋਲੀ ਦੇ ਨਾਲ ਵਿਤਕਰਾ ਕੀਤਾ ਹੈ। ਅੱਜ ਅਸੀਂ ਇਸ ਸਿਚੁਏਸ਼ਨ 'ਤੇ ਅਗਰ ਖੜ੍ਹੇ ਹਾਂ ਤਾਂ ਕਿਤੇ ਨਾ ਕਿਤੇ ਸਾਡੀਆਂ ਕਮੀਆਂ ਸੀ, ਪਰ ਇਹ ਫਿਲਮ ਸਾਨੂੰ ਸੋਚਣ ਲਈ ਮਜਬੂਰ ਕਰੇਗੀ ਕਿ ਅਜੇ ਵੀ ਸਮਾਂ ਹੈ, ਸੰਭਲ ਜਾਈਏ ਅਤੇ ਆਪਣੀ ਮਾਂ ਬੋਲੀ ਨੂੰ ਪਿਆਰ ਕਰੀਏ। ਬਾਕੀਆਂ ਮਾਸੀਆਂ ਭੂਆਂ ਜਿਵੇਂ ਕਿ ਇੰਗਲਿਸ਼, ਹਿੰਦੀ, ਇਹ ਵੀ ਸਾਡੇ ਲਈ ਜ਼ਰੂਰੀ ਨੇ, ਪਰ ਮਾਂ ਤਾਂ ਜਨਾਬ ਮਾਂ ਹੁੰਦੀ ਹੈ ਜੀ। ਸੋ 1 ਫਰਵਰੀ ਨੂੰ ਜ਼ਰੂਰ ਆਪਣੀ ਫੈਮਿਲੀਜ਼ ਦੇ ਨਾਲ ਤੁਸੀਂ ਫਿਲਮ ਵੇਖਣ ਜਾਣਾ ਹੈ ਜੀ, ਊੜਾ ਆੜਾ ਲੱਗ ਰਹੀ ਹੈ ਤੁਹਾਡੇ ਨੇੜਲੇ ਸਿਨੇਮਾ ਘਰਾਂ ਦੇ ਵਿੱਚ। ਇਸ ਖਾਸ ਮੁਲਾਕਾਤ ਦੇ ਵਿੱਚ ਫਿਲਹਾਲ ਇੰਨਾ ਹੀ ਜੀ, ਦਿਓ ਇਜਾਜ਼ਤ, ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।